ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਸ਼ੁਰੂ ਹੋਏਗਾ, ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਪਰਿਕਰਮਾ ਕਰਦਾ ਹੋਇਆ ਬਾਹਰ ਕੈਂਡਾ ਘਰ ਵਾਲੀ ਸਾਈਡ ਦੇ ਉੱਤੇ ਆ ਕੇ ਸ਼੍ਰੀ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ। ਇਸ ਵੇਲੇ ਅਸੀਂ ਬਾਹਰ ਖੜ੍ਹੇ ਹਾਂ, ਪਾਲਕੀ ਦੀ ਸਜਾਵਟ ਚੱਲ ਰਹੀ ਹੈ। ਇਸੇ ਪਾਲਕੀ ਦੇ ਵਿੱਚ ਜੇ ਤਸਵੀਰਾਂ ਤੁਸੀਂ ਦੇਖੋ, ਇਸੇ ਪਾਲਕੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਜਾਏਗਾ। ਔਰ ਇਹ ਪਾਲਕੀ ਸੁਸ਼ੋਭਿਤ ਕਰਨ ਤੋਂ ਬਾਅਦ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਇਸੇ ਪਾਲਕੀ ਨੂੰ ਲੈ ਕੇ ਜਾਇਆ ਜਾਏਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸੇ ਪਾਲਕੀ ਦੇ ਵਿੱਚ ਉਹਨਾਂ ਨੂੰ ਸੁਸ਼ੋਭਿਤ ਕੀਤਾ ਜਾਏਗਾ। ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਇਸ ਦਾ ਚਵਰ ਕਰਦੇ ਹੋਏ ਇਸ ਪਾਲਕੀ ਨੂੰ ਲੈ ਕੇ ਜਾਣਗੇ। ਤੁਸੀਂ ਤਸਵੀਰਾਂ 'ਚ ਦੇਖੋ ਕਿ ਇਸ ਨੂੰ ਸੁੰਦਰ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ, ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ। ਔਰ ਜੇ ਤਸਵੀਰਾਂ ਦੇ ਵਿੱਚ ਹੋਰ ਵੀ ਤੁਹਾਨੂੰ ਦਿਖਾਵਾਂ ਕਿ ਇਸ ਸਾਈਡ 'ਤੇ ਫੁੱਲਾਂ ਬਹੁਤ ਤਰ੍ਹਾਂ ਤਰ੍ਹਾਂ ਦੇ ਫੁੱਲ ਇੱਥੇ ਮੰਗਵਾਏ ਗਏ ਨੇ ਇਸ ਪਾਲਕੀ ਨੂੰ ਸਜਾਉਣ ਦੇ ਲਈ। ਇੱਧਰ ਪਿਛਲੀ ਸਾਈਡ 'ਤੇ ਇੱਧਰ ਇੱਕ ਆਟੋ ਲੱਗਾ ਹੈ, ਉਸ ਆਟੋ ਦੇ ਵਿੱਚ ਵੀ ਫੁੱਲ ਪਏ ਨੇ। ਇਸ ਤੋਂ ਇਲਾਵਾ ਇਹ ਜਿਹੜੇ ਫੁੱਲ ਕੁਤਰ ਕੇ ਰੱਖੇ ਹੋਏ ਨੇ, ਇਹ ਘੰਟਾ ਘਰ ਸਾਈਡ ਦੇ ਵਿੱਚ ਜਿਹੜੋ ਪਾਲਕੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੈ ਕੇ ਆਇਆ ਜਾਏਗਾ, ਉਹ ਤੇ ਰਸਤੇ 'ਚ ਸਾਰੇ ਫੁੱਲ ਦੀ ਵਰਖਾ ਕੀਤੀ ਜਾਏਗੀ। ਅੱਗੇ ਇੱਕ ਪਾਲਕੀ ਇੱਕ ਤਿਆਰ ਹੈ ਜੀਪ, ਉਸਦੇ ਵਿੱਚ ਨਗਾੜਾ ਰੱਖਿਆ ਹੋਇਆ ਹੈ। ਇਹ ਨਗਾੜਾ ਇਸ ਨਗਰ ਕੀਰਤਨ ਦੀ ਰਹਿਨੁਮਾਈ ਕਰੇਗਾ, ਯਾਨੀ ਕਿ ਅੱਗੇ 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 ਨਗਾੜਾ ਵੱਜੇਗਾ, ਪਿੱਛੇ ਪਿੱਛੇ ਨਗਰ ਕੀਰਤਨ ਚੱਲੇਗਾ। ਸੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਨੇ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦਾ ਆ, ਵਾਪਸ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆ ਕੇ ਸੰਪੰਨ ਹੋਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੁਲਾਜ਼ਮ ਨੇ ਉਹ ਵੀ ਇਸ ਨਗਰ ਕੀਰਤਨ ਦੀ ਪਾਲਕੀ ਨੂੰ ਸਜਾ ਰਹੇ ਨੇ। ਤੁਸੀਂ ਦੇਖੋ ਸਿੰਘ ਸਾਹਿਬ ਸਾਰੀ ਸਜਾਵਟ ਕਰ ਰਹੇ ਨੇ। ਅਸੀਂ ਇਸ ਬਾਰੇ ਗੱਲ ਵੀ ਕਰਾਂਗੇ ਭਾਈ ਸਾਹਿਬ ਦੇ ਨਾਲ। ਭਾਈ ਸਾਹਿਬ ਬੜੀ ਦੇਰ ਤੋਂ ਹਰ ਨਗਰ ਕੀਰਤਨ ਦੇ ਵਿੱਚ ਸੇਵਾ ਕਰਦੇ ਨੇ, ਜਿਹੜੇ ਕਿ ਫੁੱਲਾਂ ਦੀ ਸੇਵਾ ਕਰਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰੂ ਰਾਮਦਾਸ ਮਹਾਰਾਜ। ਮਹਾਰਾਜ ਜੀ ਬਹੁਤ ਦੇਰ ਹੋ ਗਈ, ਮੈਂ ਬੜੀ ਦੇਰ ਤੋਂ ਹਰ ਨਗਰ ਕੀਰਤਨ ਤੇ ਦੇਖਣਾ ਤੁਹਾਡੇ ਵੱਲੋਂ ਸੇਵਾ ਨਿਭਾਈ ਜਾਂਦੀ ਹੈ, ਬੜੇ ਸ਼ਰਧਾ ਦੇ ਨਾਲ ਤੁਸੀਂ ਸੇਵਾ ਨਿਭਾਉਂਦੇ ਹੋ। ਇਹ ਸੇਵਾ ਸਾਡੇ ਵੱਲੋਂ ਨਹੀਂ, ਬਾਬਾ ਦੀਪ ਸਿੰਘ ਜੀ ਵੱਲੋਂ ਡਿਊਟੀ ਲੱਗਦੀ ਹੈ ਤੇ ਉਹ ਡਿਊਟੀ ਕਰਨ ਆਏ। ਬਸ ਇਹ ਸਾਰੀ ਸੇਵਾ ਡਿਊਟੀ ਬਾਬਾ ਦੀਪ ਸਿੰਘ ਜੀ ਵੱਲੋਂ ਜੋ ਕੰਮ ਹੁੰਦਾ ਉਹ ਅਸੀਂ ਹਾਜ਼ਰ ਹੋ ਜਾਂਦੇ। ਜਿਹੜੀ ਇਹ ਤੁਸੀਂ ਸੇਵਾ ਖਾਸ ਕਰਕੇ ਫੁੱਲਾਂ ਦੀ ਸੇਵਾ ਹਰ ਨਗਰ ਕੀਰਤਨ ਦੇ ਵਿੱਚ, ਹਰ ਕਿਸੇ ਫੰਕਸ਼ਨ ਦੇ ਵਿੱਚ, ਹਰ ਕਿਸੇ ਗੁਰਪੁਰਬ ਦੇ ਉੱਤੇ ਤੁਹਾਡੇ ਵੱਲੋਂ ਨਿਭਾਈ ਜਾਂਦੀ ਪੂਰੀ ਜਦੋਂ ਘੰਟਾ ਘਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੈ ਕੇ ਆਏ ਜਾਂਦੇ ਨੇ, ਉਹਨਾਂ ਦੇ ਅੱਗੇ ਤੁਸੀਂ ਫੁੱਲਾਂ ਦੀ ਵੀ ਉਹ ਥੱਲੇ ਉਹਨਾਂ ਦੇ ਵਿਛਾ ਕੇ ਚੱਲਦੇ ਹੋ। ਦੇਖੋ ਜੀ ਸਭ ਕੁਝ ਗੁਰੂ ਮਹਾਰਾਜ ਦਾ ਵਾ, ਬੰਦੇ ਦਾ ਤਾਂ ਆਪਦਾ ਕੁਝ ਵੀ ਨਹੀਂ। ਬਸ ਸੋ ਤੁਸੀਂ ਦੇਖਿਆ ਕਿ ਵੀਰ ਜੀ ਵੱਲੋਂ ਇੱਥੇ ਬਹੁਤ ਚਿਰਾਂ ਤੋਂ ਸੇਵਾ ਨਿਭਾਈ ਜਾਂਦੀ ਹੈ। ਤੁਸੀਂ ਦੇਖੋ ਇਹ ਪਾਲਕੀ ਸੁੰਦਰ ਸਜਾਈ ਜਾ ਰਹੀ ਹੈ, ਔਰ ਇਸ ਪਾਲਕੀ ਦੇ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰਕੇ ਅਲੱਗ ਅਲੱਗ ਸ਼ਹਿਰ ਦੇ ਏਰੀਆ ਦੇ ਵਿੱਚੋਂ ਲੈ ਕੇ ਜਾਇਆ ਜਾਏਗਾ। ਅਸੀਂ ਗੱਲ ਵੀ ਕਰ ਰਹੇ ਹਾਂ ਭਾਈ ਸਾਹਿਬ, ਤੁਸੀਂ ਵੀ ਸੇਵਾ ਕਰ ਰਹੇ ਹੋ ਸੇਵਾ ਮਾਣੇ ਗੋਡੀ ਵੀ ਡਿਊਟੀ ਆ ਲੱਗੀ ਹੋਈ ਆ, ਸਭ ਕੋਈ ਮਾਲਕ ਦਾ ਪ੍ਰਦਾਵ, ਸਭ ਕੋਈ ਉਹ ਸੇਵਾ ਕਰਵਾ ਰਿਹਾ, ਅਸੀਂ ਕੁਛ ਨਹੀਂ ਕਰਨ ਵਾਲੇ, ਸਭ ਕੋਈ ਉਹ ਲਈ ਜਾ ਰਿਹਾ, ਬੜਾ ਸ਼ੁਕਰਾਨਾ ਉਹਦਾ ਜੀ ਜਿਹੜਾ ਆਪਣੇ ਚਰਨਾਂ ਵਿੱਚ ਲਿਆਉਂਦਾ ਵਾ ਜੀ। ਬਿਲਕੁਲ ਮਹਾਰਾਜ ਆਪਣੀ ਕਿਰਪਾ ਦੇ ਨਾਲ ਸੇਵਾ ਲੈਂਦਾ ਪਿਆ। ਜੁਰਗੋ ਗੁਰੂ ਗ੍ਰੰਥ ਸਾਹਿਬ ਜੀ ਇਸੇ ਪਾਲਕੀ 'ਚ ਸੁਸ਼ੋਭਿਤ ਹੋਣਗੇ। ਅੱਜ ਬੜਾ ਭਾਗਾਂ ਵਾਲਾ ਦਿਨ ਹੈ ਕਿ 555 ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦੇ ਨਗਰ ਕੀਰਤਨ ਨਿਕਲ ਰਿਹਾ ਹੈ। ਸੋ ਤੁਸੀਂ ਤਸਵੀਰਾਂ 'ਚ ਦੇਖੋ, ਤੁਸੀਂ ਸਜਾਇਆ ਜਾ ਰਿਹਾ ਹੈ ਪਾਲਕੀ ਸਾਹਿਬ ਨੂੰ। ਸੋ ਅਸੀਂ
ਜੀ 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 ਭਾਈ ਸਾਹਿਬ, ਹਾਂਜੀ ਸਿੰਘ ਸਾਹਿਬ 2 ਸੈਕਿੰਡ ਸਰ। ਨਗਰ ਕੀਰਤਨ ਦੇ ਪਾਲਕੀ ਸਾਹਿਬ ਨੂੰ ਤੁਸੀਂ ਸਜਾ ਰਹੇ ਹੋ, ਪਲੀਜ਼ ਰਿਕੁਐਸਟ। ਸੋ ਤੁਸੀਂ ਦੇਖਿਆ ਹੈ ਕਿ ਬੜੇ ਹੀ ਸ਼ਰਧਾ ਦੇ ਸਤਿਕਾਰ ਦੇ ਨਾਲ ਇਸ ਨੂੰ ਸਜਾਇਆ ਜਾ ਰਿਹਾ। ਸੋ ਇਹ ਜਿਹੜੀ ਪਾਲਕੀ ਸਾਹਿਬ ਹੈ, ਇਸ ਪਾਲਕੀ ਸਾਹਿਬ ਦੇ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰਕੇ ਇੱਥੋਂ ਲੈ ਕੇ ਜਾਇਆ ਜਾਏਗਾ। ਇਹ ਨਗਰ ਕੀਰਤਨ 555 ਪ੍ਰਕਾਸ਼ ਪਰਬ ਦੇ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪਰਬ 'ਤੇ ਇਹ ਨਗਰ ਕੀਰਤਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਜੇਗਾ। ਸੋ ਪੂਰੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਇਸ ਨਗਰ ਕੀਰਤਨ ਦੀ ਜਿਹੜੀ ਸ਼ੋਭਾ ਹੈ ਉਹ ਵਧਾਈ ਜਾਂਦੀ ਹੈ ਇਸ ਪਾਲਕੀ ਸਾਹਿਬ ਨੂੰ ਸਜਾ ਕੇ। ਇਸ ਤੋਂ ਪਹਿਲੇ ਖਾਲਸਾ ਕਾਲਜ ਤੋਂ ਇੱਕ ਹਰ ਸਾਲ ਦੀ ਤਰ੍ਹਾਂ ਇੱਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾਂਦਾ ਹੈ, ਔਰ ਉਹ ਨਗਰ ਕੀਰਤਨ ਵੀ ਸ਼੍ਰੀ ਹਰਿਮੰਦਰ ਸਾਹਿਬ ਆ ਕੇ ਸੰਪੂਰਨ ਹੋਇਆ ਹੈ। ਸੋ ਅਸੀਂ ਕਾਮਨਾ ਕਰਾਂਗੇ ਕਿ ਇਸ ਨਗਰ ਕੀਰਤਨ ਦੇ ਉੱਤੇ ਜਿਹੜੇ ਜਿਹੜੇ ਸ਼ਰਧਾਲੂ ਇਸ ਨਗਰ ਕੀਰਤਨ 'ਚ ਸ਼ਾਮਲ ਹੁੰਦੇ, ਵਾਹਿਗੁਰੂ ਉਹਨਾਂ ਦੀਆਂ ਹਰ ਮਨੋਕਾਮਨਾਵਾਂ ਪੂਰੀਆਂ ਕਰਨ। ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।